ਨੂੰ ਜਗ੍ਹਾ ਦਿੱਤੀ। ਦੂਸਰਾ ਮੈਂ ਵੀ ਪੰਜਾਬ ਕੇਸਰੀ ਦੇ ਅਮਿਤ ਚੋਪੜਾ ਜੀ ਨੇ, ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਜੀ। ਉਹਨਾਂ ਨੇ ਮੇਰੀਆਂ ਫੋਟੋਆਂ ਜਿਹੜੀਆਂ ਮੈਂ ਬੰਬੇ ਤੋਂ ਖਿੱਚ ਕੇ ਲਿਆਂਦਾ ਸੀ ਉਹ ਜੇ ਨਹੀਂ ਵੀ ਯੂਜ਼ ਕਰਦੇ ਸੀ ਬੜੀਆਂ ਲੈ ਕੇ ਰੱਖ ਲੈਂਦੇ ਸੀ, ਕੁਛ ਛਾਪਦੇ ਸੀ ਕੁਛ ਨਹੀਂ ਵੀ ਛਾਪਦੇ ਸੀ ਮੇਰੇ ਕੋਲ ਲੈ ਕੇ ਰੱਖ ਲੈਂਦੇ ਸੀ। ਉਹਨਾਂ ਦਾ ਮੈਨੂੰ ਬਹੁਤ ਸਾਥ ਮਿਲਿਆ ਜੀ। ਉਹਨਾਂ ਨੇ ਮੈਨੂੰ ਕੈਮਰਾ ਵੀ ਲੈ ਕੇ ਦਿੱਤਾ ਜਦੋਂ ਨਵਾਂ ਨਵਾਂ ਗਿਆ, ਉਹਨਾਂ ਨੇ ਮੈਨੂੰ ਬਹੁਤ ਮਦਦ ਕੀਤੀ। ਤੁਸੀਂ ਗੱਲ ਕਰਦੇ ਹੋ ਫਿਲਮ ਫੋਟੋਗ੍ਰਾਫੀ ਦੀ, ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮੀ ਲਾਈਨ ਐਸੀ ਲਾਈਨ ਹੈ ਜਿਹਦੇ ਵਿੱਚ ਕਿ ਹਰ ਚੀਜ਼ ਉਹਨਾਂ ਦੇ ਮੂਡ 'ਤੇ ਡਿਪੈਂਡ ਕਰਦੀ ਹੈ। ਅਸੀਂ ਦੇਖਦੇ ਹਾਂ ਹੀਰੋਇਨ ਉਹਨਾਂ ਬੜੇ ਮੂਡੀ ਜਿਹੇ ਹੁੰਦੇ। ਕਦੇ ਐਸਾ ਵੀ ਹੋਇਆ ਕਿ ਤੁਸੀਂ ਕਿਸੇ ਦਾ ਬੜਾ ਮਨ ਬਣਾ ਕੇ ਗਏ ਹੋ ਕਿ ਅੱਜ ਇਹਦੇ ਫੋਟੋਗ੍ਰਾਫ ਕਰਨੇ ਅਤੇ ਅੱਗੋਂ ਉਹਨੇ ਥੋੜ੍ਹਾ ਐਟੀਟਿਊਡ ਜਿਹਾ ਦਿਖਾਇਆ ਕਿ ਨਹੀਂ ਐਸਾ ਨਹੀਂ ਹੈ, ਜਾਂ ਬਹੁਤ ਉਹ ਲੋਕ ਲੋਇਲ ਜਿਹੜੇ ਆਪਣੇ ਪ੍ਰੋਫੈਸ਼ਨ ਦੇ ਇਹ ਜੀ ਦੇਖੋ ਲੋਕ ਇਹ ਕੋਈ ਜਿਹੜਾ ਨਾ ਇਹ ਉੱਥੇ ਇੱਕ ਵਾਰੀ ਨਹੀਂ ਅਨੇਕ ਵਾਰੀ ਅਨੇਕ ਵਾਰ ਇੰਨੇ ਸਾਲਾਂ ਦੇ ਵਿੱਚ ਅਨੇਕ ਵਾਰੀ ਹੋਇਆ ਕਿ ਆਰਟਿਸਟ ਨੇ ਫੋਟੋ ਨਹੀਂ ਦਿੱਤੀ। ਕਈ ਵਾਰੀ ਸਾਡਾ ਬੜਾ ਬਹੁਤ ਮੁਸ਼ਕਿਲ ਕੰਮ ਹੁੰਦਾ ਸੀ ਕਿ ਸਾਡਾ ਆਰਟਿਸਟ ਨੇ ਸ਼ੋਟ ਦੇਣਾ, ਸ਼ੋਟ ਦੇ ਕੇ ਜਦੋਂ ਆਉਣਾ ਉਹਦਾ ਪਸੀਨਾ ਪਸੀਨ ਹੋਇਆ ਹੁੰਦਾ ਸੀ ਹੈ ਜੀ, ਉਹ ਫਿਰ ਆ ਕੇ ਕਹਿੰਦੇ ਸੀ ਜਰਾ ਥੋੜ੍ਹੀ ਦੇਰ ਰੁਕੋ ਟੱਚਅਪ ਕਰ ਲਵਾਂ। ਉਹ ਜਿੰਨੀ ਦੇਰ ਨੂੰ ਟੱਚਅਪ ਕਰਦੇ ਸੀ ਉੰਨੀ ਦੇਰ ਨੂੰ ਉਹ ਡਾਇਰੈਕਟਰ ਪੁਲਿਸ ਆ ਕੇ ਖੜੇ ਹੋ ਜਾਂਦੇ ਸੀ ਸ਼ੋਟ ਰੈਡੀ ਹੈ ਚਲੋ ਸ਼ੋਟ ਰੈਡੀ। ਉਹਨੂੰ ਪਤਾ ਕਿ ਅਸੀਂ ਉਹਨਾਂ ਦਾ ਜਿਹੜਾ ਟਾਈਮ ਖਰਾਬ ਕਰਦੇ ਸਾਨੂੰ ਫੋਟੋ ਲੈਂਦੇ, ਉਹਨਾਂ ਨੂੰ ਕੰਮ ਵੀ ਸੀ ਕਿ ਚਲੋ ਮਿਲਦੀ ਹੈ ਆਰਟਿਸਟ ਨੂੰ, ਲੇਕਿਨ ਪ੍ਰੋਡਿਊਸਰ ਨੂੰ ਜਿਹੜਾ ਉਹ ਨੁਕਸਾਨ ਹੁੰਦਾ ਸੀ ਅਤੇ ਉਹਦੀ ਵਜ੍ਹਾ ਨਾਲ ਨਹੀਂ ਹੈ ਵੀ ਪ੍ਰੋਡਿਊਸਰ ਜਿਹੜਾ ਉਹ ਮੁੱਖਾਂ ਲਈ ਸੀ ਅਤੇ ਉਹਦੇ ਲਈ ਸਾਨੂੰ ਕਾਫੀ ਆਰਟਿਸਟ ਦੀ ਵੀ ਮਜਬੂਰੀ ਹੋ ਜਾਂਦੀ ਸੀ ਅਤੇ ਇਸ ਤਰ੍ਹਾਂ ਕਈ ਵਾਰੀ ਹੋਇਆ ਜੀ। ਇੱਕ ਆਮ ਫੋਟੋਗ੍ਰਾਫੀ ਅਤੇ ਇੱਕ ਫਿਲਮੀ ਫੋਟੋਗ੍ਰਾਫੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਔਰ ਉਸ ਸਮੇਂ ਦੇ ਵਿੱਚ ਕਿੰਨਾ ਕੁ ਫਰਕ ਤੁਸੀਂ ਮਹਿਸੂਸ ਕਰਦੇ ਹੋ? ਪਹਿਲੇ ਬਹੁਤ ਦੂਰ ਦੂਰ ਸੀ, ਅੱਜ ਨੇੜੇ ਆ ਗਏ ਆਮ ਫੋਟੋਗ੍ਰਾਫੀ ਅਤੇ ਫਿਲਮੀ ਫੋਟੋਗ੍ਰਾਫੀ, ਜਾਂ ਪਹਿਲੇ ਵੀ ਬਹੁਤ ਦੂਰ ਸੀ, ਅੱਜ ਸੀਗੀ ਇੱਕ ਆਮ ਬੰਦੇ ਵਾਸਤੇ ਆਮ ਫੋਟੋਗ੍ਰਾਫੀ ਲੱਗ ਗਿਆ ਫਿਲਮੀ ਫੋਟੋਗ੍ਰਾਫੀ ਲੱਗ ਗਿਆ, ਅਤੇ ਅੱਜ ਵੀ ਉਨਾ ਹੀ ਪਾੜਾ ਹੈ, ਉਨਾ ਹੀ ਡਿਫਰੈਂਸ ਹੈ, ਉਨਾ ਹੀ ਬਿਲਕੁਲ ਫਰਕ ਤੇ ਹੈ। ਉੱਥੇ ਵੀ ਫੋਟੋਗ੍ਰਾਫੀ ਅਤੇ ਇੱਥੇ ਵੀ ਫੋਟੋਗ੍ਰਾਫੀ 'ਚ ਕਾਫੀ ਫਰਕ ਹੈ। ਉੱਥੇ ਦੇਖੋ ਜੀ ਫੋਟੋਗ੍ਰਾਫੀ ਤਾਂ ਜਿਹੜੀ ਤੁਹਾਨੂੰ ਕਾਫੀ ਨੌਲੇਜ ਹੋਣੀ ਚਾਹੀਦੀ ਹੈ। ਜਿਹੜੇ ਆਰਟਿਸਟ ਜਦੋਂ ਫੋਟੋ ਖਿਚਵਾਉਂਦੇ ਨੇ ਉਹਨਾਂ ਨੂੰ ਖੁਦ ਨੂੰ ਫੋਟੋਗ੍ਰਾਫੀ ਦੀ ਬਹੁਤ ਨੌਲੇਜ ਹੁੰਦੀ, ਉਹਨਾਂ ਨੂੰ ਖੁਦ ਪਤਾ ਕਿ ਫੋਟੋਗ੍ਰਾਫੀ ਵੀ ਇਹ ਅਤੇ ਇਸ ਲਈ ਮੈਨੂੰ ਯਾਦ ਹੈ ਕਿ ਜਦੋਂ ਮੈਂ ਵੀ ਨਵਾਂ ਨਵਾਂ ਗਿਆ ਮੈਂ ਉਨਾ ਅੱਛਾ ਫੋਟੋਗ੍ਰਾਫਰ ਨਹੀਂ ਸੀ, ਮੈਨੂੰ ਵੀ ਪੂਰੀ ਨੌਲੇਜ ਸੀ, ਮੈਂ ਵੀ ਕਿਸ ਕਿਸ ਕੇ ਫੋਟੋਗ੍ਰਾਫਰ ਬਣ ਗਿਆ। ਜਿਸ ਤਰ੍ਹਾਂ ਕਿ ਐਕਟਰ ਹੈ ਮੈਨੂੰ ਯਾਦ ਹੈ ਕਿ ਐਕਟਰ ਵੀ ਫਿਲਮ ਦਾ ਸ਼ੋਟ ਲੈਣ ਆਉਂਦਾ, ਇੱਕ ਦਿਨ ਦਾ ਦੋ ਦਿਨ ਦਾ ਜਿਵੇਂ ਰੋਟੇਟ ਤੋਂ ਰੋਟੇਟ 25-25 ਰੋਟੇਟ ਹੋ ਜਾਂਦੇ ਹੈਂਜੀ, ਉਹ 25 ਰੋਟੇਟ ਤੋਂ ਬਾਅਦ ਜਾ ਕੇ ਕਿਤੇ ਇੱਕ ਡੇਟ ਸਹੀ ਹੈਂਜੀ। ਅਸੀਂ ਉਹ ਸਾਡੇ ਜਿਹੜੇ ਉੱਥੇ ਡਿਜੀਟਲ ਕੈਮਰੇ ਆ ਗਏ ਉਦੋਂ ਕੈਮਰੇ 'ਚ ਫੋਟੋ ਜਿਹੜੀ ਖਿੱਚਦੀ ਡਿਵੈਲਪ ਕਰਾਉਣ ਤੋਂ ਬਾਅਦ ਪਤਾ ਚੱਲਦਾ ਕਿ ਉਹ ਸਹੀ ਹੈ ਕਿ ਨਹੀਂ। ਅਤੇ ਮੈਨੂੰ ਯਾਦ ਹੈ ਮੈਂ ਇੱਕ ਸ਼ੂਟਿੰਗ 'ਤੇ ਫੋਟੋ ਖਿੱਚ ਰਿਹਾ ਸੀ ਅਤੇ ਮੈਂ ਸੰਗੀਤਾ ਬਿਜਵਾਲੀ ਨਵਾਂ ਨਵਾਂ ਗਿਆ ਸੀ, ਮੈਂ ਯਾਦ ਆ ਕਦੀ ਕਿੰਨੇ ਫੋਟੋਗ੍ਰਾਫਰ ਫੋਟੋ ਖਿੱਚ ਰਹੇ ਸੀ ਸੰਗੀਤਾ ਬਿਜਵਾਲੀ ਦੇ ਵਿੱਚ ਚੱਕਰ ਸੀ। ਅਤੇ ਸੰਗੀਤਾ ਬਿਜਵਾਲੀ ਨੇ ਨੋਟ ਕਰ ਲਿਆ ਕਿ ਮੇਰੇ ਕੈਮਰੇ 'ਚ ਗਲੇਰ ਆ ਰਿਹਾ, ਮੈਨੂੰ ਕਹਿੰਦੀ ਆਪਕੇ ਕੈਮਰੇ ਮੈਂ ਗਲੇਰ ਆ ਰਿਹਾ, ਮੈਨੂੰ ਉਦੋਂ ਇਹਨੂੰ ਨਹੀਂ ਸੀ ਪਤਾ ਗਲੇਰ ਕੀ ਹੁੰਦਾ, ਮੈਂ ਕਿਹਾ ਜੀ ਨਹੀਂ ਆ ਰਿਹਾ ਨਹੀਂ ਆ ਰਿਹਾ, ਕਹਿੰਦੀ ਨਾ ਗਲੇਰ ਸਭ ਦਿਖਾਈ ਦੇ ਰਿਹਾ ਗਲੇਰ ਆ ਰਿਹਾ ਕੈਮਰੇ 'ਤੇ। ਉਹਨੂੰ ਮੈਨੂੰ ਪਤਾ ਹੀ ਨਹੀਂ ਗਲੇਰ ਕੀ ਹੁੰਦਾ ਜੀ, ਮੈਂ ਫੋਟੋ ਵੀ ਖਿੱਚੀਆਂ ਜਦੋਂ ਫੋਟੋ ਡਿਵੈਲਪ ਕਰਾਈਆਂ ਉਹ ਸਾਰੇ ਉਹਦੇ ਵਿੱਚ ਵਿਸ਼ਕਾਰਾ ਜਿਹਾ ਆਇਆ। ਫਿਰ ਮੈਂ ਆਪਣੇ ਪਤਾ ਕੀਤਾ ਕਿ ਕਿਸ ਤਰ੍ਹਾਂ ਫੋਟੋਗ੍ਰਾਫੀ ਸਿੱਖਣ ਦੀ ਕੋਸ਼ਿਸ਼, ਆਪਣੇ ਜਿਹੜੇ ਸੀਨੀਅਰ ਫੋਟੋਗ੍ਰਾਫਰ ਹੈ ਉਹਨਾਂ ਕੋਲੋਂ ਸਿੱਖਿਆ ਵੀ ਗਲੇਰ ਕਿਸ ਤਰ੍ਹਾਂ ਸਕਦਾ ਹੈ। ਮੇਰੇ ਖਿਆਲ 'ਚ ਤੁਹਾਡੀਆਂ ਗੱਲਾਂ ਤੋਂ ਨਾ ਅੱਜ ਸਾਡੇ ਦਰਸ਼ਕਾਂ ਨੂੰ ਵੀ ਅੰਦਾਜ਼ਾ ਹੋ ਜਾਵੇਗਾ ਕਿ ਜਿਹੜੇ ਗੀਤ ਅਸੀਂ ਉਹਨਾਂ ਤੱਕ ਪਹੁੰਚਾਉਂਦੇ ਹਾਂ ਉਹਨਾਂ ਦੇ ਪਿੱਛੇ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕਿੰਨੀ ਕੈਮਰੇ ਦੀ ਸੈਟਿੰਗ ਕਰਨੀ ਪੈਂਦੀ ਹੈ, ਕਿੰਨਾ ਮੇਕਅਪ ਕਰਨਾ ਪੈਂਦਾ, ਅੰਦਾਜ਼ਾ ਹੋਰ ਪੱਕਾ ਹੋ ਜਾਏਗਾ ਜਦੋਂ ਅਸੀਂ ਗੀਤ ਦੀ ਇੱਕ ਨਜ਼ਰ ਕਰਾਂਗੇ ਆਪਣੇ।